श्रोमणी अकाली दल पार्टी वालों विधानसभा चोणा 2022 नूं लैके चोण प्रचार शुरू कर दिता गया है। उसके तहत ही श्रोमणी अकाली दल पार्टी के प्रधान सरदार सुखबीर सिंह 30 नवंबर में विधानसभा हलका डेरा बाबा नानक वख-वख धार्मिक स्थानों के नतमस्तक हो दिन भर वख-वख पार्टी वर्करां अते लोकां दे इकट्ठ नूं संबोधन करनगे। इस संबंधी जानकारी हलका डेरा बाबा नानक तो इंचार्ज रवि किरण सिंह कल ने प्रेस नूं दित्ती है। ब्यूरो रिपोर्ट दल पंजाब न्यूज़। अकाली दल के प्रधान सरदार सुखबीर सिंह जी बादल 30 तरीक नूं हलका डेरा बाबा नानक विखे सारे जिन्ने भी साडे धार्मिक स्थान ने प्लस हलके दी जिहड़ी संगत आ उहनां दे नाल राबता कायम करन लई ठीक 10:30 वजे डेरा बाबा नानक पहलों श्री गुरु नानक देव जी महाराज दे दरबार साहिब नतमस्तक होणगे। उस तों बाद उहनां ने कलानौर जाणा, फिर निक्के घुम्मण ते फिर अखीर ते जिहड़ा प्रोग्राम है शाम दा ओह ध्यानपुर बाबा लाल जी दे मंदर दे नतमस्तक होना, जिथे उन्हां ने धार्मिक जिहड़े स्थान ने उत्थे नतमस्तक होना। उहदे नाल नाल जिहड़ियां पबलिक जिहड़ियां मीटिंग्स ने, असीं 4 पबलिक मीटिंग्स भी रखियां ने। एक युवराज गार्डन जिहड़ा हैगा डेरा बाबा नानक उत्थे, उस तों बाद शाहपुर गुराया जिहड़ा उत्थे जिहड़ा साडा क्रिश्चन भाईचारा वा ਉਹਨਾਂ ਦੇ ਜਿਹੜੇ ਮੇਨ ਆਗੂ ਸਾਹਿਬਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਉਸ ਤੋਂ ਬਾਅਦ ਕਲਾਨੌਰ ਵੀ ਜਿਹੜਾ ਹੈਗਾ ਇੱਕ ਪਬਲਿਕ ਮੀਟਿੰਗ ਆ, ਫਿਰ ਵਡਾਲਾ ਵਾਂਗਰ ਐਸਸੀ ਭਾਈਚਾਰਾ ਜਿਹੜਾ ਉਹਦੇ ਨਾਲ ਮੀਟਿੰਗ ਕੀਤੀ ਜਾਏਗੀ, ਫਿਰ ਜਾ ਕੇ ਨਿੱਕੇ ਘੁੰਮਣ ਵੀ ਇੱਕ ਪਬਲਿਕ ਮੀਟਿੰਗ ਕੀਤੀ ਜਾਊਗੀ, ਅਤੇ ਉਸ ਤੋਂ ਬਾਅਦ ਲਾਸਟ ਜਿਹੜੀ ਆ ਉਹ ਗੋਲਡਨ ਰਿਜ਼ੋਰਟ ਆ ਕੋਟਲੀ ਸੂਰਤਮਲੀ ਉੱਥੇ ਵੀ ਪਬਲਿਕ ਮੀਟਿੰਗ ਹੋਏਗੀ। ਤੇ ਮੈਂ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੇਰੀ ਟਿਕਟ ਅਨਾਊਂਸ ਹੋਣ ਤੋਂ ਬਾਅਦ ਪਹਿਲੀ ਵਾਰੀ ਆਉਣਾ, ਤੇ ਮੈਂ ਹਲਕਾ ਡੇਰਾ ਬਾਬਾ ਨਾਨਕ ਸਮੁੱਚੀ ਜਿਹੜੀ ਸਾਧ ਸੰਗਤ ਆ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਨਾ ਕਿ ਸਾਰੇ ਜਣੇ ਵੱਡੀ ਗਿਣਤੀ ਵਿੱਚ ਆਓ ਤਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਆਪਾਂ ਸਾਰੇ ਆਪਣੇ ਹਲਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਜਿਹੜੇ ਆਪਣੇ ਆਉਣ ਵਾਲਾ ਕੋਈ ਪ੍ਰੋਗਰਾਮ ਹੈ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾ ਸਕੀਏ। ਇਹੋ ਹੀ ਸਾਡਾ ਉਹਨਾਂ ਦਾ ਮੇਨ ਪ੍ਰੋਗਰਾਮ ਹੈ। ਵੇਖੋ ਇਲੈਕਸ਼ਨ ਜਿਹੜੀ ਆ ਨਾ ਹਾਲੀ ਪਾਰਟੀਆਂ ਸਾਰੀਆਂ ਨੇ ਆਪੋ ਆਪਣੇ ਮੈਨੀਫੈਸਟੋ ਜਾਰੀ ਕਰਨੇ ਨੇ, ਠੀਕ ਆ। ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਤਸ਼ੱਦਦ ਜਿਹੜਾ ਵਾ ਨਾ ਇਹ ਸਾਡਾ ਇੱਕ ਮੇਨ ਏਜੰਡਾ ਹੋਊਗਾ, ਕਿਉਂਕਿ ਇੱਥੇ 4.5 ਸਾਲ ਪੌਣੇ 5 ਸਾਲ ਇੰਨਾ ਜ਼ਿਆਦਾ ਤਸ਼ੱਦਦ ਹੋਇਆ। ਇੱਥੇ ਪਰਚੇ 26,307 ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ, ਦੁਕਾਨਾਂ 'ਤੇ ਕਬਜ਼ੇ, ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਦੀ ਜਿਹੜੀ ਨਗਰ ਕੌਂਸਲ, ਆਪਣੇ ਕਲਾਨੌਰ ਦੀ ਜਿਹੜੀ ਪੰਚਾਇਤ, ਉਹਦੀ ਇਲੈਕਸ਼ਨ ਤੱਕ ਵੀ ਨਹੀਂ ਕਰਵਾਈ ਗਈ। ਸਿਰਫ ਪਤਾ ਨਹੀਂ ਕੀ ਕਾਰਨ ਸੀ, ਇਹ ਕਾਰਨ ਸਾਰੇ ਜਿਹੜੇ ਨੇ ਅਸੀਂ ਜਦੋਂ ਚੋਣ ਜਾਬਤਾ ਲੱਗੂਗਾ ਉਹਨਾਂ ਨੂੰ ਡਿਸਕਸ ਵੀ ਸਾਰੇ ਕਰਾਂਗੇ। ਤੋ ਤੁਹਾਡੇ ਨਾਲ ਤੇ ਪਬਲਿਕ ਤਾਂ ਸਾਰਾ ਕੁਝ ਜਾਣਦੀ ਆ ਵੀ ਕਿਉਂ ਨਹੀਂ ਹੋਈਆਂ, ਪਰ ਅਸੀਂ ਹਾਲੀ ਜਿਹੜਾ ਵਾ ਜਿੱਦਣ ਚੋਣ ਦਾ ਪ੍ਰੋਗਰਾਮ ਸ਼ੁਰੂ ਹੋ ਜਾਊਗਾ, ਮੈਂ ਆਪਣਾ ਜਿੱਦਣ ਇਲੈਕਸ਼ਨ ਕੋਡ ਲੱਗੇਗਾ ਉਸ ਤੋਂ ਬਾਅਦ ਤੁਹਾਨੂੰ ਸਾਰੇ, ਕਿਉਂਕਿ ਏਜੰਡੇ ਹਾਲੀ ਬਹੁਤ